कल एक मामला से सैलीब्रेशन बाजार का जो सिक्योरिटी गार्ड थी कोई कार को लेकर के उत्थे विवाद होया सी जिहड़ी उहदी बांह उहदी कार दे विच जिहड़ी फसाई सुविधा लै गया पर की कार्रवाई हो रही है उत्थे। ड्रीम सिटी कलोनी दे विच सिक्योरिटी गार्ड रख्या मुंडा उत्थे कोई थार गड्डी आई सी उहने उहनूं पुछगिछ करन दी कोशिश कीती तां उहने नेगलीजेंट जिहड़ा एक्ट कीता ते अपने सिक्योरिटी गार्ड दी वर्सन दे उत्ते असीं उहदे खिलाफ कानूनी कार्रवाई कर रहे हां। हरियाणा नंबर गड्डी है जल्दी दा पता ला के असी मुकदमा विच अरेस्ट करांगे। ਇੱਕ ਸੀਸੀਟੀਵੀ ਫੋਟੋ ਵੀ ਆਈ ਉਹਦੇ ਸਾਹਮਣੇ। ਹਾਂ ਉਹੀ ਸੇਮ ਜਿਹੜੀ ਤੁਸੀਂ ਦੱਸ ਰਹੇ ਹੋ ਇਹ ਉਹਦੇ ਦੇਖ ਲਿਆ ਸੀ ਤੇ ਉਹਦਾ ਵਰਸ਼ਨ ਬਿਆਨ ਲੈ ਕੇ ਪਰਚਾ ਦਰਜ ਕਰ। ਜੀ ਕੀ ਨਾਮ ਹੈ ਜੀ ਤੁਹਾਡਾ? ਸਰ ਮੇਰਾ ਨਾਮ ਗੁਰਪਾਲ ਸਿੰਘ। ਅੱਛਾ ਜੀ ਤੇ ਕੀ ਇਨਸੀਡੈਂਟ ਹੋਇਆ ਤੁਹਾਡਾ ਜਿਹੜੇ ਤੁਹਾਡੇ ਸੱਟਾਂ ਲੱਗੀਆਂ? ਸਰ ਐਕਚੁਅਲੀ ਇਦਾਂ ਹੈ ਮੈਂ ਸਾਡੇ ਜਿਹੜੇ ਸੀਨੀਅਰ ਜਿੱਦਾਂ ਬੰਤ ਸਾਹਿਬ ਨੇ ਜਿਹੜੇ ਸੁਪਰਵਾਈਜ਼ਰ ਸਾਹਿਬ ਸਾਨੂੰ ਉਹਨਾਂ ਵੱਲੋਂ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿੱਦਾਂ ਕਿ ਆਊਟ ਆਫ ਕੋਈ ਗੱਡੀ ਅੰਦਰ ਐਂਟਰ ਹੋ ਗਈ ਹੈ ਅਤੇ ਉਹ ਕਹਿੰਦੇ ਵੀ ਅੰਦਰ ਚੈੱਕ ਕਰੋ ਅਤੇ ਅਸੀਂ 2-3 ਰਾਊਂਡ ਗਏ ਸਾਨੂੰ ਨਹੀਂ ਪਤਾ ਲੱਗਿਆ। ਉਹ ਤੋਂ ਬਾਅਦ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਗੱਡੀ ਬੈਕ ਸਾਈਡ 'ਤੇ ਖੜ੍ਹੀ ਹੈ ਵੀ ਜਿੱਧਰ ਮਤਲਬ ਬਾਗ ਵਗੈਰਾ ਹੈ ਉਹਦੇ ਅੰਦਰ ਗੱਡੀ ਖੜ੍ਹੀ ਸੀਗੀ ਜੀ। ਅਤੇ ਉਹਨਾਂ ਨੂੰ ਬ੍ਰਦਰ ਨੂੰ ਇਹੀ ਕਿਹਾ ਵੀ ਗੱਡੀ ਤੁਸੀਂ ਵੀ ਅਲਾਊ ਨਹੀਂ ਗੀ ਇੱਦਾਂ ਵੀ ਵਿਦਾਊਟ ਪਰਮਿਸ਼ਨ ਤੋਂ ਤੁਸੀਂ ਅੰਦਰ ਗੱਡੀ ਲੈ ਕੇ ਆਏ ਹੋ ਅਤੇ ਤੁਸੀਂ ਗੱਡੀ ਵੀ ਗੇਟ 'ਤੇ ਲਿਆਓ। ਅਤੇ ਉਹਨਾਂ ਨੂੰ ਮੈਂ ਸਿਰਫ ਇਹੀ ਗੱਲ ਕਹੀ ਹੈ ਮੇਰੇ ਨਾਲ ਮੇਰੇ ਦੂਜੇ ਸਿਕਿਉਰਿਟੀ ਗਾਰਡ ਵੀ ਸੀਗੇ ਅਤੇ ਉਹ ਮੂਹਰੇ ਮੂਹਰੇ ਸੀ ਮੈਂ ਪੈਦਲ ਸੀ ਪਿੱਛੇ ਅਤੇ ਜਿੱਦਾਂ ਹੀ ਉਹਨਾਂ ਨੂੰ ਅੱਗੇ ਲੈ ਕੇ ਜਾ ਰਿਹਾ ਸੀਗਾ ਮੈਂ ਉਹਨਾਂ ਨੇ ਰੋਂਗ ਸਾਈਡ ਕਰ ਲਈ ਗੱਡੀ ਮਤਲਬ ਉਹਨਾਂ ਨੂੰ ਮੈਂ ਕਹਿ ਰਿਹਾ ਸੀ ਵੀ ਇਸ ਸਾਈਡ 'ਤੇ ਜਾਣਾ ਅਤੇ ਜਦੋਂ ਹੀ ਮੈਂ ਉਹਨਾਂ ਨੂੰ ਜਦੋਂ ਹੱਥ ਨਾਲ ਮੈਂ ਕਹਿਣ ਲੱਗਿਆ ਵੀ ਤੁਸੀਂ ਇੱਧਰ ਮੋੜਨੀ ਹੈ ਗੱਡੀ ਉਹਨਾਂ ਨੇ ਆਪਣਾ ਗਲਾਸ ਉੱਪਰ ਕਰਕੇ ਗੱਡੀ ਇੱਕਦਮ ਤੇਜ਼ ਕਰ ਲਈ ਅਤੇ ਉਹਦੇ ਫਿਰ ਉਸ ਨਾਲ ਮੈਂ ਇੱਕਦਮ ਮਤਲਬ ਕਿ ਅੱਗੇ ਲਿਜਾ ਕੇ ਉਹਨਾਂ ਨੇ ਗਲਾਸ ਖੋਲ੍ਹਤਾ ਅਤੇ ਉੱਥੇ ਮੈਂ ਗਿਰ ਗਿਆ ਜੀ ਅਤੇ ਨਾ ਹੀ ਉਹਨਾਂ ਨੇ ਗੱਡੀ ਉਹ ਰੋਕੀ ਹੈ। ਬਸ ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਹੈ ਇਹਨੂੰ ਵੀ ਜੋ ਵੀ ਇਹਦੇ ਉੱਤੇ ਕਾਰਵਾਈ ਬਣਦੀ ਹੈ ਕਰੋ ਇਹਦੇ 'ਤੇ। ਠੀਕ ਹੈ ਜੀ। ਘਟਨਾ ਕਿਹੜੀ ਜਗ੍ਹਾ ਜੀ, ਤੁਸੀਂ ਕਿੱਥੇ ਕੰਮ? ਸਰ ਮੈਂ ਡ੍ਰੀਮ ਸਿਟੀ 'ਚ ਹਾਂ। ਠੀਕ ਹੈ ਜੀ, ਅੰਬੂਜਾ ਕਲੋਨੀ ਹੈ। ਹਾਂਜੀ। ਐਜ਼ ਅ ਸਿਕਿਉਰਿਟੀ ਗਾਰਡ? ਹਾਂਜੀ, ਸਿਕਿਉਰਿਟੀ ਗਾਰਡ ਮੈਂ ਔਨ ਡਿਊਟੀ ਸੀਗਾ ਜੀ। ਅਤੇ ਅੰਦਰ ਗੱਡੀ 'ਚ ਹੈ ਕੌਣ ਸੀ? ਸਰ ਇੱਕ ਤਾਂ ਸ਼ਾਇਦ ਉਹਨਾਂ ਦੇ ਫਰੈਂਡ ਸੀਗੇ, ਮੈਮ ਸੀਗੇ ਵਿੱਚ, ਇੱਕ ਉਹ ਆਪ ਸੀਗੇ ਸਰ, ਅਤੇ ਮੈਮ ਵੀ ਕਹਿ ਰਹੇ ਸੀ। ਮੈਂ ਮੈਮ ਨੂੰ ਇਹੀ ਕਿਹਾ, ਮੈਮ ਮੈਂ ਕਿਹਾ ਐਕਚੁਅਲੀ ਤੁਹਾਡੇ ਨਾਲ ਨਹੀਂ ਮੈਂ ਗੱਲ ਕਰ ਰਿਹਾ, ਮੈਂ ਸਰ ਨਾਲ ਗੱਲ ਕਰ ਰਿਹਾ, ਜੋ ਵੀ ਗੱਲ ਹੈ ਮੈਂ ਕਿਹਾ ਇਹਨਾਂ ਨਾਲ ਮੈਨੂੰ ਗੱਲ ਕਰਨ ਦਿਉ ਵੀ ਤੁਸੀਂ ਵਿੱਚ ਇੰਟਰਫੇਅਰ ਨਾ ਕਰੋ ਕਿਉਂਕਿ ਤੁਸੀਂ ਦੇਖੋ ਲੇਡੀਜ਼ ਹੋ, ਕੋਈ ਵੀ ਗੱਲ ਆ। ਠੀਕ ਹੈ ਜੀ, ਜੈਂਟਸ ਜੈਂਟਸ ਨਾਲ ਹੀ ਕਰ ਸਕਦਾ, ਲੇਡੀਜ਼ ਨਾਲ ਨਹੀਂ ਕਰ ਸਕਦਾ। ਬਸ ਇਹੀ ਗੱਲ ਹੋਈ ਹੈ ਸਰ, ਮੈਂ ਉਹਨਾਂ ਨੂੰ ਇਹੀ ਗੱਲ ਸਮਝਾਈ ਹੈ ਅਤੇ ਨੈਕਸਟ ਜੋ ਵੀ ਹੈ ਮਤਲਬ ਜੋ ਮੇਰੇ ਨਾਲ ਹੋਇਆ ਇਹ ਕੁਛ ਹੋਇਆ ਜੋ ਵੀ ਹੈ। ਉਹ ਕਲੋਨੀ ਦੇ ਰਹਿਣ ਵਾਲੇ ਨਹੀਂ ਸੀਗੇ? ਨਹੀਂ ਸਰ, ਉਹ ਬਾਹਰ ਦੇ ਸੀਗੇ, ਆਊਟ ਆਫ ਸੀਗੇ। ਗੱਡੀ ਨੰਬਰ ਪਤਾ ਹੈ ਕੁਛ? ਸਰ ਮੈਨੂੰ ਸਿਰਫ ਇੰਨਾ ਕੁ ਪਤਾ 0003 ਕੁਛ ਨੰਬਰ ਆ ਉਹਨਾਂ ਦਾ ਲਾਸਟ ਗੱਡੀ ਦਾ। ਗੱਡੀ ਕਿਹੜੀ, ਪੰਜਾਬ ਦੀ ਸੀ ਜਾਂ ਕਿਤੇ ਬਾਹਰ? ਸਰ ਹੈ ਬਾਹਰ ਦੀ ਸੀਗੀ। ਹਾਂਜੀ, ਬਾਹਰ ਦੀ ਗੱਡੀ ਸੀਗੀ ਅਤੇ ਮਹਿੰਦਰਾ ਗੱਡੀ ਬਲੈਕ ਕਲਰ ਦੀ। ਹਾਂਜੀ, ਥਾਰ ਜਿਹੜੀ ਆਪਣੀ ਹੁੰਦੀ ਹੈ ਸੇਮ ਉਹੀ ਲੁੱਕ ਮਤਲਬ ਉੱਦਾਂ ਹੀ ਮਹਿੰਦਰਾ ਵਾਲਿਆਂ ਦੀ ਸੀਗੀ। ਹਾਂਜੀ ਸਰ, ਉਹਨਾਂ ਨੇ ਗਲਾਸ ਉੱਪਰ ਕਰਕੇ ਮੇਰੇ ਹੱਥ ਵਿੱਚ ਮਤਲਬ ਉਹ ਕਰ ਲਿਆ ਇੱਕਦਮ, ਜਦੋਂ ਉਹਨਾਂ ਨੇ ਗਲਾਸ ਖੋਲ੍ਹਿਆ ਤਾਂ ਮੈਂ ਅੱਗੇ ਜਾ ਕੇ ਗਿਰ ਗਿਆ ਅਤੇ ਉਸ ਕਾਰਨ ਹੀ ਮੇਰੇ ਸੱਟਾਂ ਲੱਗੀਆਂ। ਹਾਂਜੀ, ਉਸ ਤੋਂ ਬਾਅਦ ਉਹ ਰੁਕੇ ਜਾਂ ਫਰਾਰ ਹੋ ਗਏ? ਸਰ ਨੈਕਸਟ ਮੈਨੂੰ ਪਤਾ ਹੀ ਨਹੀਂਗਾ, ਮੈਨੂੰ ਵੀ ਮੇਰੇ ਨਾਲ ਜੋ ਵੀ ਕੀ ਹੋਇਆ ਕੀ ਨਹੀਂ ਮੈਨੂੰ ਕੁਛ ਨਹੀਂ ਪਤਾ। ਮੇਰਾ ਨਾਮ ਬੰਤ ਸਿੰਘ। ਤੁਹਾਡੇ ਸਾਥੀ ਨਾਲ ਕੀ ਇੰਸੀਡੈਂਟ ਹੋਇਆ? ਇੰਸੀਡੈਂਟ ਇਹ ਹੋਇਆ ਜੀ, ਇੱਕ 211 ਨੰਬਰ ਕੋਠੀ ਸੀਗੀ, ਪਲਾਟ ਨੰਬਰ 211, ਉਹਦੇ ਬੈਕ ਸਾਈਡ 'ਤੇ ਇੱਕ ਆਪਣੇ ਪਾਰਕ ਬਣੀ ਸੀਗੀ। ਪਾਰਕ ਦੇ ਵਿੱਚ ਥਾਰ ਗੱਡੀ ਖੜ੍ਹੀ ਸੀ, ਥਾਰ ਗੱਡੀ ਦਾ ਨੰਬਰ ਸੀਗਾ HR 46C 0003। ਉਹ ਗੱਡੀ ਨੂੰ ਇਹ ਬਾਹਰ ਨਿਕਾਲਣ ਵਾਸਤੇ ਗਿਆ ਸੀ। ਜਦੋਂ ਇਹ ਗੱਡੀ ਨੂੰ ਬਾਹਰ ਨਿਕਾਲਣ ਵਾਸਤੇ ਗਿਆ ਤਾਂ ਗੱਡੀ ਵਾਲੇ ਆਪਣੇ ਜਿਹੜੇ ਮੁੰਡੇ ਸੀ ਉਹਨਾਂ ਨੂੰ ਦੱਸਿਆ, ਲੇਡੀਜ਼ ਸੀ, ਇੱਕ ਲੜਕਾ ਸੀ ਇੱਕ ਲੜਕੀ ਸੀ, ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਕੀ ਕੀਤਾ, ਗੱਡੀ ਇਹਦੇ ਕਹਿਣ 'ਤੇ ਗੱਡੀ ਬਾਹਰ, ਜਦੋਂ ਗੱਡੀ ਬਾਹਰ ਕੱਢੀ, ਬਾਹਰ ਕੱਢਣ ਦੇ ਸਾਰ ਹੀ ਇਹਦਾ ਹੱਥ ਰੱਖਿਆ ਹੋਇਆ ਸੀਗਾ ਆਪਣੇ ਸ਼ੀਸ਼ੇ ਵਾਲੀ ਆਪਣੇ ਉਹਦੇ 'ਤੇ। ਜੋ ਹੀ ਉਹਨਾਂ ਨੇ ਇਹਦਾ ਹੱਥ ਚੱਕਣ ਦੀ ਕੋਸ਼ਿਸ਼ ਕੀਤੀ, ਉਹਨੇ ਸ਼ੀਸ਼ਾ ਤਾਂ ਚੜਾਤਾ, ਉਸ ਟਾਈਮ ਇਹ ਵੀ ਘਿਸੜਦਾ ਹੋਇਆ ਗੱਡੀ ਦੇ ਨਾਲ ਚਲਿਆ ਗਿਆ, ਇਹ ਰੋਡ ਦੇ ਉੱਪਰ ਹੀ ਡਿੱਪਿਆ, ਇਹਦੇ ਨੂੰ ਜਾ ਕੇ ਸੱਟ ਲੱਗ ਗਈ। ਪੁਲਿਸ ਨੂੰ ਹਾਂ, ਪੁਲਿਸ ਕੋਲ ਰਿਪੋਰਟ ਕਰਤੀ ਹੈ ਸਰ।
उस तो बाद जैसे सट लगी उस गड्डी के पा के इतने हॉस्पिटल लिया एमरजेंस के बल्ब पट्टी वगैरह कराई उस टाइम गड्डी वाला फरार हो गया। सर मेरा नाम जसबीर कौर वीर जी सानू तो फोन ही गया घर भी इदा करके गुरपाल का एक्सीडेंट हो गया अस तो भतीजे की लोहड़ी तो आए हुए थे तो इन्ने एक्साइटेड सी अज के ब्रदर छुट्टी करके आ रहे हैं पर सानू पता नहीं सी इदा हादसा हो जाना साढ़े भरा ना छोटा ब्रदर है। हाँ जी साढ़े चार भैन तो छोटा भरा है साढ़ा है। हाँ जी और हाँ जी उन्होंने बेटे की अज लोहड़ी सी पहली लोहड़ी आ असी उस फंक्शन ते ही आए हुए थे छोटा जा घर रखा हुआ सी कीर्तन वगैरह बस। हाँ जी असी खन्ना अपने केयर सिंह कलोनी वन नंबर गली है। हर तरह की खबर सब तो पहला वेखन लई सबसक्राइब करो चैनल कांशी टीवी हर अपडेट का संकेत मिलता रहे दबाओ बैल आइकन अते लाइक करो फेसबुक पेज कांशी टीवी।